ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ सुरेंद्र ਡੱਲਾ ਪੰਜਾਬ ਦੇ ਚੱਪੇ-ਚੱਪੇ ਦੀ ਲਾਈਵ ਰਿਪੋਰਟਿੰਗ ਇਸ ਵਕਤ ਅਸੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਇਹ ਦੱਸ ਦਈਏ ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਦੇ ਦਰਮਿਆਨ 188 ਤੋਂ ਵੱਧ ਨਵੇਂ ਪੋਜ਼ਿਟਿਵ ਕੇਸ ਐਲਾਨੇ ਗਏ ਨੇ ਸਭ ਤੋਂ ਜ਼ਿਆਦਾ ਕੇਸ ਨੇ ਉਸ ਸੰਤੀ ਕੇਂਦਰ ਲੁਜਾਣਾ ਦੇ ਵਿੱਚ ਦਰਜ ਕੀਤੇ ਗਏ ਨੇ ਸੰਗਰੂਰ ਚ ਨਵੇਂ ਮਾਮਲੇ 24 ਐਲਾਨੇ ਗਏ ਨੇ ਪਟਿਆਲਾ ਚ 31 ਐਲਾਨੇ ਗਏ ਨੇ ਅੰਮ੍ਰਿਤਸਰ ਚ 14 ਨਵੇਂ ਕੇਸ ਐਲਾਨੇ ਗਏ ਨੇ ਮੋਹਾਲੀ ਚ 6 ਗੁਰਦਾਸਪੁਰ ਚ 9 ਨਵੇਂ ਕੇਸ ਲਾਨੇ ਗਏ ਨੇ ਔਰ ਪਠਾਨਕੋਟ ਦੇ ਵਿੱਚ 10 ਨਵੇਂ ਕੇਸ ਅਤੇ ਫਜ਼ਿਲਕਾ ਚ 13 ਨਵੇਂ ਕੇਸ ਲਾਨੇ ਗਏ ਨੇ ਫਤਗੜ ਸਾਹਿਬ ਅਤੇ ਰੂਪਨਗਰ ਦੇ ਵਿੱਚ ਵੀ ਰੋਪੜ ਦੇ ਵਿੱਚ ਵੀ ਫਤਗੜ ਸਾਹਿਬ ਅਤੇ ਰੋਪੜ ਦੇ ਵਿੱਚ ਵੀ 6-6 ਨਵੇਂ ਕੇਸ ਐਲਾਨ ਦਿੱਤੇ ਗਏ ਨੇ ਸੋ ਪੰਜਾਬ ਚ 188 ਨਵੇਂ ਕੇਸ ਪਿਛਲੇ 24 ਘੰਟਿਆਂ ਦੇ ਵਿੱਚ ਐਲਾਨ ਦਿੱਤੇ ਗਏ ਨੇ ਔਰ ਪੰਜਾਬ ਦੇ ਵਿੱਚ ਕੁੱਲ ਪੋਜ਼ਿਟਿਵ ਮਰੀਜ਼ਾਂ ਦੇ ਅੰਕੜਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਤੱਕ 276919 ਸੈਂਪਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4957 ਪੋਜ਼ਿਟਿਵ ਮਰੀਜ਼ ਨੇ 3201 ਹੁਣ ਤੱਕ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ 1634 ਮਰੀਜ਼ ਐਕਟਿਵ ਨੇ ਹਸਪਤਾਲਾਂ 'ਚ ਨੇ ਔਰ 24 ਆਕਸੀਜਨ ਤੇ ਨੇ 6 ਵੈਂਟੀਲੇਟਰ ਤੇ ਨੇ ਔਰ ਸਵਰਗਵਾਸ ਹੋਣ ਵਾਲਿਆਂ ਦਾ ਅੰਕੜਾ 122 ਹੋ ਚੁੱਕਿਆ ਔਰ ਪੰਜਾਬ 'ਚ ਸਭ ਤੋਂ ਵੱਧ ਕੇਸਾਂ ਵਾਲੇ 4 ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ 852 ਕੁੱਲ 269 ਐਕਟਿਵ ਨੇ ਲੁਧਿਆਣਾ ਚ 730 ਕੁੱਲ 265 ਐਕਟਿਵ ਨੇ ਜਲੰਧਰ ਚ 688 ਕੋਲ ਅਤੇ 335 ਕੇਸ ਐਕਟਿਵ ਨੇ ਅਤੇ ਚੌਥਾ ਜ਼ਿਲ੍ਹਾ ਸੰਗਰੂਰ ਹੈ ਜਿੱਥੇ 346 ਕੇਸ ਹੋ ਗਏ ਨੇ ਅਤੇ 180 ਕੇਸ ਐਕਟਿਵ ਨੇ ਸਭ ਤੋਂ ਵੱਧ ਜਿਹੜੇ ਲੋਕ ਸਵਰਗਵਾਸ ਹੋਏ ਨੇ 36 ਉਹ ਅੰਮ੍ਰਿਤਸਰ ਤੋਂ ਹੋਏ ਨੇ ਔਰ ਲੁਧਿਆਣਾ ਦੇ ਵਿੱਚ 19 ਮਰੀਜ਼ ਸਵਰਗਵਾਸ ਹੋਏ ਨੇ ਅਤੇ ਜਲੰਧਰ ਚ 18 ਜਦਕੀ ਸੰਗਰੂਰ ਚ 9 ਮਰੀਜ਼ ਨੇ ਜਿਹੜੇ ਉਹ ਸਵਰਗਵਾਸ ਕੋਈ ਨਹੀਂ ਤੇ ਹੁਣ ਸਿਆਸੀ ਸਰਗਰਮੀਆਂ ਦਾ ਰੁਖ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼ਮਰਜੀਤ ਸਿੰਘ ਬੈਂਸ ਦੀ ਖੇਤੀ ਆਰਡੀਨੈਂਸ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਬੈਂਸ ਭਰਾਵਾ ਦੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਰੋਸ ਮਾਰਚ ਉਲੀਕਿਆ ਗਿਆ ਸੀ ਉਹ ਸਾਈਕਲ ਤੇ ਰੋਸ ਮਾਰਚ ਕਰ ਰਹੇ ਸਨ ਕੱਲ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਉਹਨਾਂ ਦੇ ਦਫ਼ਤਰ ਵਿਖੇ ਇੱਕ ਮੰਗ ਪੱਤਰ ਸੌਂਪਿਆ ਅਤੇ ਖੇਤੀ ਆਰਡੀਨੈਂਸ ਬਾਰੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਬਣਾਉਣ ਦੀ ਮੰਗ ਕੀਤੀ ਇਸ ਤੋਂ ਪਹਿਲਾਂ ਉਹਨਾਂ ਮੁਹਾਲੀ ਦੇ ਵਿੱਚ ਇੱਕ ਪੱਤਰਕਾਰ ਸਮੇਲਨ ਵੀ ਕੀਤਾ ਸੀ ਸਭ ਤੋਂ ਪਹਿਲਾਂ ਸਿਮਰਜੀਤ ਬੈਂਸ ਦੀ ਗੱਲ ਸੁਣ ਲਈਏ ਕਿ ਕਿਵੇਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਕਈ ਮੰਗਾਂ ਕੀਤੀਆਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਇਸ ਮੰਗ ਪੱਤਰ ਦੇ ਵਿੱਚ ਲਿਖਿਆ ਕਿ ਤੁਰੰਤ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਕਾਲ ਕਰਕੇ ਇਸ ਕਾਲੇ ਕਾਨੂੰਨ ਨੂੰ ਇਸ ਆਰਡੀਨੈਂਸ ਨੂੰ ਰੱਦ ਕਰੋ ਸਾਡਾ ਦੇਸ਼ ਸੰਘੀ ਢਾਂਚਾ ਦੇਸ਼ ਹੈਗਾ ਫੈਡਰਲ ਸਿਸਟਮ ਦੇਸ਼ ਆ ਡਾਕਟਰ ਭੀਮਰਾਮbedkar ਸਾਹਿਬ ਜਦੋਂ ਇਸ ਦੇਸ਼ ਦਾ ਵੱਡੇ ਦੇਸ਼ ਦਾ ਸੰਵਿਧਾਨ ਬਣਾਉਣ ਲੱਗੇ ਤੇ ਉਹਨਾਂ ਦੇ ਮਨ ਦੇ ਅੰਦਰ ਭਵਿੱਖ ਦੀਆਂ ਗੱਲਾਂ ਸਨ ਕਿ ਕਿਸੇ ਢੰਗ ਤਰੀਕੇ ਕੇਂਦਰ ਤੇ ਰਾਜਾਂ ਦੇ ਆਪਸੀ ਟਕਰਾਅ ਨੂੰ ਰੋਕਿਆ ਜਾਵੇ ਸੰਵਿਧਾਨ ਇਸ ਤਰੀਕੇ ਦਾ ਬਣਾਇਆ ਜਾਵੇ ਉਹਨਾਂ ਦੀ ਸੋਚ ਨੇ ਸੰਵਿਧਾਨ ਤਿਆਰ ਕੀਤਾ ਕੇਂਦਰ ਦੀਆਂ ਸ਼ਕਤੀਆਂ ਰਾਜਾਂ ਦੀਆਂ ਸ਼ਕਤੀਆਂ ਕੰਕਰੈਂਟ ਲਿਸਟ ਇਹ ਉਹਨਾਂ ਨੇ ਰੈਡੀ ਕੀਤੀ ਕਿਹੜੀ ਵਿਸ਼ੇ ਦੇ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ ਕਿਹੜੇ ਵਿਸ਼ੇ ਦੇ ਉੱਤੇ ਰਾਜ ਕਾਨੂੰਨ ਬਣਾ ਸਕਦਾ ਹੁਣ ਜਿਹੜਾ ਇਹ ਆਰਡੀਨੈਂਸ ਜਾਰੀ ਹੋਇਆ ਇਹ 7ਵੇਂ ਸ਼ੈਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਤੇ ਉਹ ਸੂਬਾ ਸਰਕਾਰ ਅਧਿਕਾਰ ਰੱਖਦੀ ਹੈ ਸੂਬੇ ਅਧਿਕਾਰ ਰੱਖਦੇ ਆ ਐਸੇ ਸ਼ੈਡਿਊਲ ਦੀ 7ਵੇਂ ਸ਼ੈਡਿਊਲ ਦੀ 26ਵੀਂ ਐਂਟਰੀ ਅੰਦਰੂਨੀ ਖੇਤੀਬਾੜੀ ਦੇ ਮੰਡੀ ਕਰਨ ਵਾਸਤੇ ਸਟੇਟ ਦੀ ਖੇਤੀਬਾੜੀ ਦੇ ਮੰਡੀ ਕਰਨ ਵਾਸਤੇ 26ਵੀਂ ਐਂਟਰੀ ਸਟੇਟ ਸਬਜੈਕਟ ਕਾਨੂੰਨ ਬਣਾਉਣ ਦਾ ਅਧਿਕਾਰ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਸੂਬਿਆਂ ਕੋਲੇ ਆ ਕੇਂਦਰ ਕੋਲੇ ਨਹੀਂ ਉਧਰ ਸਿਮਰਜੀਤ ਸਿੰਘ ਬੈਂਸ ਨੇ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਉਹਨਾਂ ਖੇਤੀ ਮੰਗਾਂ ਬਾਰੇ ਉਹਨਾਂ ਦੇ ਇਸ ਰੋਸ مارچ ਦਾ ਉਦੇਸ਼ ਦੱਸਿਆ ਅਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀਬਾੜੀ ਨਾਲ ਸੰਬੰਧਿਤ ਆਰਡੀਨੈਂਸ ਵਾਪਸ ਲੈਣੇ ਚਾਹੀਦੇ ਮੱਕੀ ਦਾ ਐਮ ਐਸ ਪੀ ਹੈਗਾ 1850 ਰੁਪਏ ਪ੍ਰਤੀ ਕੁਇੰਟਲ ਤੁਸੀਂ ਲੋਕਾਂ ਨੇ ਪੱਤਰਕਾਰ ਦੋਸਤਾਂ ਨੇ ਸਵਾਲ ਕੀਤਾ ਕਿਸਾਨਾਂ ਨੂੰ ਵੀ ਮੱਕੀ ਕੀ ਭਾਅ ਵਿੱਚੀ ਹੈ ਕਿਸੇ ਨੇ ਕਿਹਾ 650 ਰੁਪਿਆ ਕਿਸੇ ਨੇ 750 ਕਿਸੇ ਨੇ 800 ਰੁਪਿਆ ਮਤਲਬ ਕਿ 650 ਤੋਂ ਲੈ ਕੇ 850 ਤੱਕ ਐਮ ਐਸ ਪੀ ਹੈਗੀ ਹੈ 1850 1000 ਤੋਂ ਲੈ ਕੇ 1200 ਰੁਪਏ ਤੱਕ ਕਿਸਾਨ ਦੀ ਜੇਬ ਕੋਈ ਸਰਕਾਰੀ ਖਰੀਦ ਏਜੰਸੀ ਮੱਕੀ ਖਰੀਦਣ ਵਾਸਤੇ ਨਹੀਂ ਆਈ ਕਿਸਾਨ ਦੀ ਮਜਬੂਰੀ ਉਹ ਪ੍ਰਾਈਵੇਟ ਵਪਾਰੀਆਂ ਨੂੰ ਇਹ ਕਵਾਂਗੇ ਤੂੜੀ ਦੇ ਪਾ ਦੇ ਉੱਤੇ ਮੱਕੀ ਵੇਚ ਕੇ ਰੋ ਰਏ ਸੀ ਕਿਸਾਨ ਲਟਰਲੀ ਰੋ ਰਹਿ ਸਗੇ ਉਹਨਾਂ ਕੋਲ ਗੱਜ ਭਰੇ ਸੀ ਗੱਲ ਨਹੀਂ ਸੀ ਹੋ ਰਹੀ ਮੀਡੀਆ ਦੇ ਨਾਲ ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਦੋਸਤੋ ਜਿਹੜਾ ਆਰਡੀਨੈਂਸ ਹੈਗਾ ਖੇਤੀ ਸਧਾਰਾਂ ਦੇ ਨਾਂ ਤੇ ਕੋਈ ਖਰੀਦ ਏਜੰਸੀ ਨਹੀਂ ਆਏਗੀ ਮੈਂ ਸੁਖਵੀਰ ਬਾਦਲ ਜਿਹੜਾ ਕਹਿ ਰਿਹਾ ਕਿ ਐਮਐਸਪੀ ਨਹੀਂ ਟੁੱਟੇਗੀ ਮੈਂ ਸਹਿਮਤ ਆ ਐਮਐਸਪੀ ਨਹੀਂ ਟੁੱਟੇਗੀ ਕਣਕ ਦੀ ਨਹੀਂ ਟੁੱਟੇਗੀ ਚਾਵਲ ਦੀ ਨਹੀਂ ਟੁੱਟੇਗੀ ਕਪਾਹ ਦੀ ਨਹੀਂ ਟੁੱਟੇਗੀ ਪਰ ਕੋਈ ਸਰਕਾਰੀ ਖਰੀਦ ਏਜੰਸੀ ਇਹ ਪੰਜਾਬ ਦੀਆਂ ਤਿੰਨ ਪ੍ਰਮੁੱਖ ਫਸਲਾਂ ਨਹੀਂ ਖਰੀਦਣ ਆਏਗੀ ਕਿਸਾਨ ਦੀ ਮਜਬੂਰੀ ਹੈ ਉਧਰ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪੱਤਰਕਾਰ ਸੰਮੇਲਨ ਦੌਰਾਨ ਵੱਖ-ਵੱਖ ਮਸਲੇ ਚੱਕੇ ਉਹਨਾਂ ਬੀਬੀ ਹਰਸ਼ਮ੍ਰਿਤ ਕੋਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਸ਼ਾਨੇ ਤੇ ਲਿਆ ਕਿਉਂਕਿ ਸਿਮਰਜੀਤ ਸਿੰਘ ਬੈਂਸ ਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ ਕੇਂਦਰ ਦੇ ਵਿੱਚ ਇਹਨਾਂ ਮਤਿਆਂ ਦਾ ਵਿਰੋਧ ਨਹੀਂ ਕੀਤਾ ਮੈਂ ਇਹ ਗੱਲ ਦਾ ਪਹਿਲਾਂ ਵਿਆਖਿਆ ਕਰਕੇ ਛੱਡਾਂਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਪਾਰਟੀ ਦੇ ਪ੍ਰਧਾਨ ਹੈ ਗਿਆ ਜਿਹੜੀ ਪਾਰਟੀ ਦੇਸ਼ ਦੇ ਅੰਦਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਪਹਿਲਾਂ ਸੁਖਵੀਰ ਬਾਦਲ ਪਰਿਵਾਰ ਦੇ ਪਕੜ ਤੋਂ ਪਹਿਲਾਂ ਦੇਸ਼ ਦੇ ਅੰਦਰ ਵੱਧ ਅਧਿਕਾਰਾਂ ਦੀ ਜੇ ਆਵਾਜ਼ ਉਠਾਉਂਦਾ ਸੀ ਤਾਂ ਕਾਲੀ ਦਲ ਦੇਸ਼ ਦੀਆਂ ਬਾਕੀ ਸਟੇਟ ਪਾਰਟੀਆਂ ਕਾਲੀ ਦਲ ਦੇ ਮਗਰ ਲੱਗਦੀਆਂ ਸੀ ਅੱਜ ਉਸੇ ਕਾਲੀਦਲ ਦਾ ਪ੍ਰਾਈਵੇਟ ਲਿਮਟਿਡ ਫਰਮ ਬਣਾਇ ਫਿਰਦਾ ਪ੍ਰਧਾਨ ਆਪਣੀ ਧਰਮ ਪਤਨੀ ਦੀ ਬਾਜ਼ਾਰਤ ਬਚਾਉਣ ਵਾਸਤੇ ਇਸ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਦੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ ਐਮਐਸਪੀ ਦਾ ਰੌਲਾ ਪਾ ਰਿਹਾ ਐਮਐਸਪੀ ਕੀ ਹੈਗੀ ਆ ਕੁਝ ਵੀ ਨਹੀਂ ਸਰਕਾਰ ਕਰੇਗੀ ਐਮਐਸਪੀ ਤਾਂ ਕਣਕ ਦੀ ਵੀ ਕਰੇਗੀ ਚਾਵਲ ਦੀ ਵੀ ਕਰੇਗੀ ਨਰਮੇ ਦੀ ਵੀ ਕਰੇਗੀ ਪਰ ਕੋਈ ਖਰੀਦ ਏਜੰਸੀ ਖਰੀਦਣ ਨਹੀਂ ਆਏਗੀ ਕਿਸਾਨ ਦੀ ਮਜਬੂਰੀ ਹੋਏਗੀ ਇਹ ਕਾਰਪੋਰੇਟਰਾਂ ਨੂੰ ਅੱਧੇ ਪੌਣੇ ਭਾਵਾਂ ਤੇ ਆਪਣੀ ਜਿੰਸ ਵੇਚਣ ਲਈ ਮਜਬੂਰ ਹੋਏਗਾ ਹੀ ਹੋਏਗਾ ਇਹ ਭੰਬਲ ਪੂਸਾ ਖੜਾ ਕਰ ਰਿਹਾ ਸੁਖਵੀਰ ਸਿੰਘ ਬਾਦਲ ਤੁਹਾਡੇ মিডিਆ ਦੇ ਸਾਹਮਣੇ ਕਿਤੇ ਡਿਬੇਟ ਰੱਖ ਲੋ ਜੇ ਸਾਡੇ ਤੱਤ ਝੂਠ ਹੋਣ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂ ਉਧਰ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਵੀ ਇੱਕ ਵਾਰੀ ਫੇਰ ਸਿਮਰਜੀਤ ਸਿੰਘ ਵੈਂਸ ਨੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਮੰਗ ਦੁਹਰਾਈ ਬਹੁਤ ਸਾਰੇ ਕਾਂਗਰਸ ਦੇ ਕੈਬਨਿਟ ਵਜ਼ੀਰਾਂ ਨੇ ਮੰਗ ਕੀਤੀ ਕਿ ਵਾਈਟ ਪੇਪਰ ਜਾਰੀ ਕਰੋ ਇਸ 650 ਕਰੋੜ ਰੁਪਏ ਦਾ ਘਾਟਾ ਪਿਆ ਕਿਵੇਂ ਆ ਉਹ ਘਾਟਾ ਪੈਣ ਦਾ ਸਿੱਧਾ ਕਾਰਨ ਹੈਗਾ ਪੰਜਾਬ ਦੇ ਵਿੱਚ ਦੋ ਨੰਬਰ ਦੀ दारू ਦੋ ਨੰਬਰ ਦੀ दारू ਹੋਰ ਕਿਤੇ ਨਹੀਂ ਬਣਦੀ ਚੰਡੀਗੜ੍ਹ ਤੋਂ ਨਹੀਂ ਜਾਂਦੀ ਹਰਿਆਣਾ ਹਿਮਾਚਲ ਤੋਂ ਨਹੀਂ ਜਾਂਦੀ ਇਹ ਰੌਲਾ ਹੀ ਆ ਇਹ ਜਿਹੜੀਆਂ ਫੈਕਟਰੀਆਂ ਵਾਈਨ ਹੈਗਿਆ ਨੇ ਵਾਈਨ ਫੈਕਟਰੀਆਂ ਇਹਦੇ ਉੱਤੇ ਕਾਬਜ ਕਾਲੀ ਤੇ ਕਾਂਗਰਸੀ ਨੇ ਇੱਕ ਗੱਡੀ ਦਾ ਬਿੱਲ ਘਟਦੇ ਆ ਸਵੇਰੇ ਤੇ 99 ਗੱਡੀਆਂ ਬਿਨਾਂ ਅਕਸਾਈ ਤੋਂ ਉਸੇ ਬਿੱਲ ਤੇ ਉਸੇ ਬਿੱਲ ਦੇ ਉੱਤੇ ਫਿਰ ਉਹਨੂੰ ਕਹਿੰਦੇ ਆ ਦੋ ਨੰਬਰ ਦੀ दारू ਹੈਗੀ ਹੈ ਉਹ ਚੀਫ ਸੈਕਟਰੀ ਜਿਹਦੇ ਉੱਤੇ ਵੱਡੇ ਦੋਸ਼ ਲੱਗੇ ਅਸੀਂ ਨਹੀਂ ਲਾਏ ਵਿਰੋਧੀਆਂ ਨੇ ਨਹੀਂ ਲਾਏ ਕਾਂਗਰਸ ਦੇ ਕੈਬਨਿਟ ਮੰਤਰੀਆਂ ਤੇ ਐਮਐਲਏ ਨੇ ਲਾਏ ਸੀਨੀਅਰ ਲੀਡਰਾਂ ਨੇ ਲਾਏ ਉਹਦੇ ਉੱਤੇ ਕੋਈ ਵਾਈਟ ਪੇਪਰ ਨਹੀਂ ਜਾਰੀ ਕੀਤਾ ਲਿਪਾ ਪੂੰਜੀ ਕਰਨ ਵਾਸਤੇ ਬਦਲੀ ਕਰਕੇ ਬਿਨੀ ਮਹਾਜਨ ਨੂੰ ਲੈ ਆਂਦਾ ਚੀਫ ਐਜ਼ ਅ ਚੀਫ ਸੈਕਟਰੀ ਪਹਿਲਾਂ ਕਰਨ ਅਵਤਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹਨਾਂ ਦੋਸ਼ਾਂ ਸੰਬੰਧੀ ਜਾਂ ਤਾਂ ਉਹਨਾਂ ਨੂੰ ਕਲੀਨ ਚਿੱਟ ਦੇਣ ਕਰਨ ਅਵਤਾਰ ਨੂੰ ਜਾਂ ਵਾਈਟ ਪੇਪਰ ਜਾਰੀ ਕਰਨ ਦੀ ਸਟੇਟ ਦਾ 650 ਕਰੋੜ ਰੁਪਇਆ ਲਿਕਰ ਮਾਫੀਆ ਨੇ ਕਿਹੜੇ-ਕਿਹੜੇ ਲੋਕ ਸ਼ਾਮਲ ਹੈਗਾ ਲਿਕਰ ਮਾਫੀਆ ਦੇ ਵਿੱਚ ਇਹਨਾਂ ਨੇ 650 ਕਰੋੜ ਰੁਪਏ ਡਕਾਰ ਕੀਤਾ ਉਧਰ ਪੰਜਾਬ ਸਰਕਾਰ ਨੇ ਵਿਨੀ ਮਹਾਜਨ ਨੂੰ ਪੰਜਾਬ ਦੇ ਵਿੱਚ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ ਵਿਨੀ ਮਹਾਜਨ ਆਈਐਸ ਅਧਿਕਾਰੀ ਨੇ ਅਤੇ ਉਹ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਹੁਣਾਂ ਦੇ ਧਰਮ ਪਤਨੀ ਵੀ ਨੇ ਇਹ ਪਹਿਲੀ ਵਾਰੀ ਹੋਇਆ ਜਦੋਂ ਪੰਜਾਬ ਦੇ ਵਿੱਚ ਕਿਸੇ ਮਹਿਲਾ ਅਧਿਕਾਰੀ ਨੂੰ ਮੁੱਖ ਸਕੱਤਰ ਬਣਾਇਆ ਗਿਆ ਉਹਨਾਂ ਦੀ ਥਾਂ ਤੇ ਕਰਨ ਅਵਤਾਰ ਸਿੰਘ ਬਰਾੜ ਨੂੰ ਸਪੈਸ਼ਲ ਮੁੱਖ ਸਕੱਤਰ ਬਣਾ ਦਿੱਤਾ ਗਿਆ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਚੀਨ ਮਸਲੇ ਤੇ ਜਵਾਨਾਂ ਦੀ ਸ਼ਹਾਦਤ ਨਾਲ ਜੋੜ ਕੇ ਸਵਾਲ ਪੁੱਛੇ ਨੇ ਉਹਨਾਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਿਆ ਕਿ ਆਖਰ ਸਾਡੇ ਜਵਾਨ ਕਿਉਂ ਸ਼ਹੀਦ ਹੋਏ ਨੇ ਅੱਜ ਟਾਲਮਟੋਲ ਕਰਨੇ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਧਰ ਉਧਰ ਕੇ ਬਿਆਨਬਾਜ਼ੀ ਕਰ ਰਹੀ ਹੈ ਪਰ ਸਿੱਧਾ ਸਬਾਤ ਹੈ ਇਹ ਬਤਾ ਕਿ ਜਵਾਨ ਕਿਉਂ ਮਰੇ ਇਹ ਬਤਾ ਕਿ ہماری ਜ਼ਮੀਨ ਕਿਉਂ ਦਬੀ क्यों हमने चीनियों को अपनी सीना के अंदर घुस के आने दिया क्या मजबूरी थी क्या कमजोरी थी देश यह जानना चाहता है ये सवाल साथ में यह भी उभरता है कि क्या सरकार सो रही थी क्या सरकार झूला झूल रही थी या महाबुली परम के अंदर लूंगी बांध के अपने आप को महाबुली का नाटक कर रहे थे जबकि सेनाएं दुश्मन देश की चीन की सेनाएं हमारे देश में क्यों घुसी इस बात का जवाब सरकार को देना होगा देश एकजुट है आज अगर कमी है किसी की हमारी सेनाओं की बहादुरी के ऊपर कोई भी किंतु परंतु नहीं कर सकता परंतु कमी कहा है कि हमारे जवान शहीद हुए हमारी सेनाओं के अंदर दुश्मन घुसाया मुझे तो एक ही पंक्ति याद आती है क्योंकि पंजाब की सूरमाओं की धरती के ऊपर जब मैं आज खड़ा हूं तो मुझे एक बात आती है जे होंदिया सरकारा तब मुल पादियां जो सिंगा ने तेगा मारियां ने ਇਕ ਸਰਕਾਰ ਬਾਜੋਂ ਇੱਕ ਸਰਕਾਰ ਬਾਜੋਂ ਸ਼ਾਮ ਹੁੰਦਾ ਫੋਜਾ ਜਿੱਤ ਕੇ ਵੀ ਆ ਜਾਰੀਆਂ ਨਹੀਂ ਉਧਰ ਫਜ਼ਿਲਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟ੍ਰੇਡ ਅਤੇ ਇੰਡਸਟਰੀਅਲ ਵਿੰਗ ਵੱਲੋਂ ਆਰਥਿਕ ਪੈਕੇਜ ਦੀ ਮੰਗ ਕੀਤੀ ਗਈ ਹੈ ਉਹਨਾਂ ਪੰਜਾਬ ਦੇ ਰਾਜਪਾਲ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਅੱਜ ਸਾਰੇ ਇਕੱਠੇ ਹੋ ਕੇ ਮੈਂਬਰ ਸਭਾ ਨੂੰ ਆਏ ਸੀਗੇ ਉਹਨਾਂ ਨੇ ਇੰਡਸਟਰੀ ਰਿਲੇਟਿਡ ਜੋ ਕੋਈ ਇਸ਼ੂਜ਼ ਜਿਹੜੇ ਹੈਗੇ ਉਹਨਾਂ ਦੇ ਉਸ ਸੰਬੰਧ ਚ ਉਹਨਾਂ ਨੇ ਮਾਨ ਕੋਤਰ ਦਿੱਤਾ ਤੇ ਅਸੀਂ ਗਵਰਨਰ ਨੂੰ ਉਹ ਫਾਰਵਰਡ ਕਰਦੇ ਹਾਂਗੇ ਅੱਜ ਹੀ ਭੇਜ ਦਾਂਗੇ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੇਂ ਅਤੇ ਤਾਜ਼ੇ ਅਪਡੇਟ ਨਾਲ ਕੱਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਨ ਨੂੰ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ